ਮੈਂ ਸਾਡੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਮਾਤਾ ਪਿਤਾ ਜੀ ਆ, ਬਜ਼ੁਰਗ ਆ ਸਾਡੇ, ਸਾਡੇ ਪਰਿਵਾਰ ਦੇ ਮੈਂਬਰ ਆ, ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ। ਮੈਂ ਉਹਨਾਂ ਦਾ ਹਾਲ ਚਾਲ ਪੁੱਛਣ ਜਾ ਰਿਹਾ, ਉਹਨਾਂ ਦੀ ਸਿਹਤ ਦਾ ਚੈੱਕਅਪ ਕਰਨ ਜਾ ਰਿਹਾ। ਦੇਖੋ ਜਿਹੜੇ ਜਦੋਂ ਬੱਚੇ ਨੂੰ ਜੇਲ੍ਹ ਭੇਜਿਆ ਜਾਂਦਾ ਉਹਦੇ ਪੇਰੈਂਟਸ 'ਤੇ ਸਟ੍ਰੈਸ ਹੋਏਗਾ, ਇਸ ਵੇਲੇ ਲੋੜ ਆ ਉਹਨਾਂ ਨੂੰ ਆਪਣਿਆਂ ਦੀ। ਮੈਂ ਇੱਕ ਮੈਡੀਕਲ ਡਾਕਟਰ ਹਾਂ, ਮੈਡੀਕਲ ਡਾਕਟਰ ਨੂੰ ਲੜਾਈ ਦੇ ਵਿੱਚ ਵੀ ਮਨਾ ਨਹੀਂ ਕੀਤਾ ਜਾਂਦਾ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੀਆਂ ਸੜਕਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ, ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ। ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਮੇਰੇ ਨਾਲ ਨੇ। ਡਾਕਟਰ ਸਾਹਿਬ, ਅੱਜ ਤੁਸੀਂ ਪੂਰੇ ਡਾਕਟਰ ਦੀ ਕਿੱਟ ਪਾ ਕੇ ਜਿਹੜਾ ਵਾ ਪਹੁੰਚੇ, ਦਵਾਈਆਂ ਨਾਲ ਲੈ ਕੇ ਪਹੁੰਚੇ? ਬਿਲਕੁਲ ਜੀ, ਮੇਰੇ ਕੋਲ ਪੂਰੀ ਕਿੱਟ ਆ ਜੀ। ਮੈਂ ਸਾਡੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਮਾਤਾ ਪਿਤਾ ਜੀ ਆ, ਬਜ਼ੁਰਗ ਆ ਸਾਡੇ, ਸਾਡੇ ਪਰਿਵਾਰ ਦੇ ਮੈਂਬਰ ਆ, ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ। ਮੈਂ ਉਹਨਾਂ ਦਾ ਹਾਲ ਚਾਲ ਪੁੱਛਣ ਜਾ ਰਿਹਾ, ਉਹਨਾਂ ਦੀ ਸਿਹਤ ਦਾ ਚੈੱਕਅਪ ਕਰਨ ਜਾ ਰਿਹਾ, ਅਤੇ ਮੈਨੂੰ ਪੂਰੀ ਉਮੀਦ ਆ ਕਿ ਮੈਨੂੰ ਜਾਣ ਦਿੱਤਾ ਜਾਏਗਾ। ਇਹ ਜਿਹੜੇ ਬੰਦੇ ਜਾ ਰਹੇ ਆ ਜੀ, ਇਹ 2 ਕਰੋੜ ਲੋਕਾਂ ਦੇ ਪ੍ਰਤੀਨਿਧੀ ਆ, MLA ਆ, ਮਿਨਿਸਟਰਸ ਆ, ਕੌਂਸਲਰਸ ਆ, ਇਹ 2 ਕਰੋੜ ਲੋਕਾਂ ਨੂੰ ਰਿਪ੍ਰਜੈਂਟ ਕਰਦੇ ਆ। ਇਹ 2 ਸਰਕਾਰਾਂ, ਲੋਕਲ ਬਾਡੀਜ਼ ਔਰ ਜੋ ਸਟੇਟ ਗਵਰਨਮੈਂਟ ਆ, ਇਹ 2 ਸਰਕਾਰਾਂ ਦੇ ਪ੍ਰਤੀਨਿਧੀ ਆ। ਇਹ ਕੋਈ ਮਤਲਬ 200-400 ਬੰਦੇ ਨਹੀਂ ਹੈ, ਇਹ 2 ਕਰੋੜ ਲੋਕਾਂ ਦੇ ਦਿੱਲੀ ਤੋਂ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਦਵਾਈਆਂ ਲੈ ਕੇ ਅਰਵਿੰਦ ਕੇਜਰੀਵਾਲ ਦੇ ਪੇਰੈਂਟਸ, ਉਹਨਾਂ ਦੀ ਸਿਹਤ ਕਿਵੇਂ ਹੈ, BP ਘੱਟ ਹੈ ਕੀ ਹੈ? ਦੇਖੋ ਜਿਹੜੇ ਜਦੋਂ ਬੱਚੇ ਨੂੰ ਜੇਲ੍ਹ ਭੇਜਿਆ ਜਾਂਦਾ ਉਹਦੇ ਪੇਰੈਂਟਸ 'ਤੇ ਸਟ੍ਰੈਸ ਹੋਏਗਾ, ਇਸ ਵੇਲੇ ਲੋੜ ਆ ਉਹਨਾਂ ਨੂੰ ਆਪਣਿਆਂ ਦੀ। ਮੈਂ ਇੱਕ ਮੈਡੀਕਲ ਡਾਕਟਰ ਹਾਂ, ਮੈਡੀਕਲ ਡਾਕਟਰ ਨੂੰ ਲੜਾਈ ਦੇ ਵਿੱਚ ਵੀ ਮਨਾ ਨਹੀਂ ਕੀਤਾ ਜਾਂਦਾ। ਮੈਨੂੰ ਕਿਹੜੀਆਂ ਕਿਹੜੀਆਂ ਦਵਾਈਆਂ ਤੁਸੀਂ ਲੈ ਕੇ ਚੱਲੋ, ਦਵਾਈਆਂ ਵੀ ਦਿਖਾਓਗੇ? ਇਹ ਦਵਾਈਆਂ ਦਿਖਾਓਗੇ, ਇੱਕ ਵਾਰ ਖੋਲ ਕੇ ਦਿਖਾਓਗੇ, ਕਿਹੜੀਆਂ ਕਿਹੜੀਆਂ ਦਵਾਈਆਂ ਨੇ, ਦਵਾਈਆਂ ਬਾਰੇ ਦੱਸੋਗੇ? ਹੋਰ ਕੀ ਐਮਰਜੈਂਸੀ ਮੈਡੀਸਨ ਆ ਜੀ, ਟੈਂਸ਼ਨ ਦੀ ਦਵਾਈ, ਜੇ ਜਲਨ ਹੋ ਰਹੀ ਹੈ, ਪੇਟ ਕੋਈ ਪੇਟ ਦੀ ਪ੍ਰੋਬਲਮ ਹੈ, ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਜਿੰਨੀਆਂ ਵੀ ਕੋਈ ਐਮਰਜੈਂਸੀ ਹੋ ਸਕਦੀ ਹੈ, ਸਾਰੀਆਂ ਐਮਰਜੈਂਸੀ ਕਿੱਟ ਹੈ ਜੀ ਮੇਰੀ। BP ਚੈੱਕ ਕਰਨ ਔਰ ਸ਼ੂਗਰ ਚੈੱਕ ਕਰਨ ਦੇ ਵੀ ਸਾਰਾ ਕੁਝ ਹੈ ਜੀ ਇਹਦੇ ਵਿੱਚ, ਜਿਹੜਾ ਹੈਗਾ ਉਹ BP ਬਲੱਡਸ ਵੀ ਹੈ ਜੀ। ਤੁਹਾਡੀ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ ਹੁਣ ਤੱਕ? ਉਹਨਾਂ ਦਾ ਸਾਰੇ ਫੋਨ ਬੰਦ ਕੀਤੇ ਹੋਏ ਜੀ, ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ, ਤੇ ਮੈਂ ਜਾ ਕੇ ਇੱਕ ਵਾਰੀ ਬਜ਼ੁਰਗਾਂ ਨੂੰ ਮਿਲ ਕੇ ਨਤਮਸਤਕ ਹੋ ਕੇ ਤੇ ਉਹਨਾਂ ਦਾ ਚੈੱਕਅਪ ਕਰਕੇ ਉਸ ਤੋਂ ਬਾਅਦ ਮੈਂ ਵਾਪਸ। ਤੁਸੀਂ ਸਵੇਰੇ ਵੀ ਗਏ ਸੀ, ਤੁਹਾਨੂੰ ਜਾਣ ਦੀ ਉਦੋਂ ਇਜਾਜ਼ਤ ਨਹੀਂ ਗਈ ਸੀ, ਦਿੱਤੀ ਸੀ, ਹੁਣ ਤੁਸੀਂ ਦਵਾਈਆਂ ਲੈ ਕੇ ਜਾ ਰਹੇ ਹੋ? ਨਹੀਂ, ਮੈਂ ਸਵੇਰੇ ਘਰ ਨਹੀਂ ਗਿਆ ਸੀ, ਸਵੇਰੇ ਅਸੀਂ RTO ਗਏ ਸੀ, ਪਾਰਟੀ ਦਫ਼ਤਰ ਗਏ ਸੀ, ਉੱਥੇ ਵੀ ਨਹੀਂ ਜਾਣ ਦੇ ਰਹੇ ਸੀ, ਲੇਕਿਨ ਅਸੀਂ ਗਏ, ਹੁਣ ਵੀ ਅਸੀਂ ਜਾ ਰਹੇ ਹਾਂ ਔਰ ਪਹੁੰਚਾਂਗੇ। ਦੂਸਰਾ ਵੀ ਇਹ ਕਿ ਭਾਜਪਾ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ 300 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਹੋਈ, ਇਹ ਸਭ ਤੋਂ ਵੱਡਾ ਘੁਟਾਲਾ ਹੈ, ਇਹ ਭਾਜਪਾ ਦੇ ਲੀਡਰ ਇਲਜ਼ਾਮ ਲਗਾ ਰਹੇ ਨੇ। ਔਰ ਸੁਨੀਲ ਜਾਖੜ ਜਿਹੜੇ ਪੰਜਾਬ BJP ਦੇ ਪ੍ਰਧਾਨ ਨੇ, ਉਹ ਕਹਿ ਰਹੇ ਨੇ ਕਿ ਹੁਣ ਇਹੀ ਐਕਸਾਈਜ਼ ਪਾਲਿਸੀ ਪੰਜਾਬ 'ਚ ਲਾਗੂ ਹੋਗੀ ਤਾਂ ਪੰਜਾਬ 'ਚ ਵੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਰਾਜਪਾਲ ਦੇ ਨਾਲ ਮੈਂ ਮੁਲਾਕਾਤ ਕਰਾਂਗਾ, ਮੈਂ ਉਹਨਾਂ ਨੂੰ ਚੈਲੰਜ ਕਰਦਾ। ਸੁਪਰੀਮ ਕੋਰਟ ਦਾ ਡਾਟਾ ਸਾਹਮਣੇ ਆ ਚੁੱਕਿਆ, ਜਿਹੜਾ ਇਲੈਕਸ਼ਨ ਬੌਂਡ ਵਾਲਾ 12,000 ਤੋਂ ਜ਼ਿਆਦਾ ਕਰੋੜ ਤੋਂ ਜ਼ਿਆਦਾ BJP ਨੂੰ ਗਿਆ, ਉਹਦੀ ਵੀ ਜਾਂਚ ਕਰਾਓ, ਇਹਦੀ ਵੀ ਕਰਾਓ, ਅਸੀਂ ਰੈਡੀ ਹਾਂ ਜੀ। ਤੁਹਾਨੂੰ ਲੱਗਦਾ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਵਾਲੇ ਪਾਸੇ ED ਜਿਹੜੀ ਆ ਉਹ ਆਏਗੀ, ਦਿੱਲੀ ਤੋਂ ਬਾਅਦ ਪੰਜਾਬ ਵਾਲੇ ਪਾਸੇ ED ਜਿਹੜੀ ਆ ਐਕਸਾਈਜ਼ ਪਾਲਿਸੀ ਦੀ ਜਾਂਚ ਕਰਨ ਦੇ ਲਈ ਆ ਸਕਦੀ ਹੈ? ਆ ਜਾਣ ਜੀ, ED ਦਾ ਉਹ ਤਾਂ ਇਹਨਾਂ ਦੇ ਹੱਥ ਦਾ ਠੋਕਾ ਹੈ ਜੀ, ਜਿੱਥੇ ਮਰਜ਼ੀ ਭੇਜ ਦੇਣ, ਇਹ ED ਨੂੰ ਯੂਜ਼ ਕਰਦੇ ਆ। ਅਸੀਂ ED ਤੋਂ ਨਹੀਂ ਡਰਦੇ, CBI ਤੋਂ ਨਹੀਂ ਡਰਦੇ, ਅਸੀਂ ਇਨਕਮ ਟੈਕਸ ਤੋਂ ਨਹੀਂ ਡਰਦੇ, ਜਦੋਂ ਇਹਨਾਂ ਦੀ ਵਾਰੀ ਆਏਗੀ ਤੁਸੀਂ ਦੇਖੋ ਕਿੱਦਾਂ ਚੀਕਾਂ ਮਾਰਨਗੇ। ਦੂਸਰਾ ਇਹ ਵੀ ਕਿਹਾ ਜਾ ਰਿਹਾ, ਕਹਿੰਦੇ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਕਮਜ਼ੋਰ ਹੋ ਸਕਦੀ ਹੈ। ਉਹਨਾਂ ਦੀ ਕੋਸ਼ਿਸ਼ ਇਹੀ ਹੈ ਜੀ, ਉਹਨਾਂ ਦੀ ਕੋਸ਼ਿਸ਼ ਇਹੀ ਹੈ, ਵੀ ਵਿਲ ਪ੍ਰੂਵ ਦਮ ਰੋਂਗ। ਆਮ ਆਦਮੀ ਪਾਰਟੀ ਸਟਰੋਂਗ ਹੋਏਗੀ, ਕਮਜ਼ੋਰ ਨਹੀਂ ਹੋਏਗੀ।